ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਬਹੁਤ ਹੀ ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸੰਸਾਰ ਦੇ ਪ੍ਰਚਲਿਤ ਕੈਲੰਡਰ ਦੇ ਅਨੁਸਾਰ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਨਵਾਂ ਸਾਲ ਮਨਾਇਆ ਜਾ ਰਿਹਾ ਹੈ, ਵੈਸੇ ਜੇਕਰ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਵੇਖੀਏ ਤਾਂ ਸਾਰੇ ਦਿਹਾੜੇ ਪਵਿੱਤਰ ਨੇ। ਮਹਾਂਮੂਰਤ ਦਿਵਸ ਭਲੇ ਜਿਸ ਕੋ ਨਦਰ ਕਰੇ, ਨਾ ਤਾਂ ਕੋਈ ਦਿਨ ਸਿੱਖ ਦੇ ਵਾਸਤੇ ਮਾੜਾ ਹੈ, ਨਾ ਕੋਈ ਚੰਗਾ ਹੈ, ਨਾ ਕੋਈ ਸ਼ੁਭ ਹੈ, ਨਾ ਕੋਈ ਅਸ਼ੁਭ ਹੈ। ਪਰ 1 ਜਨਵਰੀ ਦਾ ਦਿਨ, ਜੇਕਰ ਇਸ ਸਾਰੇ ਵਰਤਾਰੇ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਤੋਂ ਅਲੈਦਾ ਕਰਕੇ ਵੇਖੀਏ ਤਾਂ ਸਿੱਖ ਕੌਮ ਦੇ ਤਵਾਰੀਖੀ ਸਫ਼ਰ ਦੇ ਵਿੱਚ ਸਰਕਾਰੀ ਜ਼ਬਰ ਉਪਰੰਤ ਇੱਕ ਸ਼ਹਾਦਤ ਦਾ ਅਹਿਮ ਜਿਹੜਾ ਕਾਂਡ ਹੈ ਉਹ ਇਸ ਦਿਨ ਦੇ ਨਾਲ ਜੁੜਿਆ ਹੋਇਆ ਹੈ। ਮੇਰਾ ਕਹਿਣ ਤੋਂ ਭਾਵ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਮਾਨਣ ਦਾ ਮੌਕਾ ਮਿਲਿਆ, ਔਰ ਉਹਨਾਂ ਦੀ ਆਪਣੀ ਸ਼ਖਸੀਅਤ ਚਾਹੇ ਧਾਰਮਿਕ ਖੇਤਰ ਦੇ ਹੋਵੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਨਿਭਾਈ, ਅਜੋਕੇ ਸਮੇਂ ਦੇ ਵਿੱਚ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦੇ ਜਾਨਸ਼ੀਨ ਗਿਣਿਆ ਜਾ ਸਕਦਾ ਹੈ। ਕਿਉਂਕਿ ਜਿਸ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਉਹਨਾਂ ਦਾ ਪਾਕ ਦਾਮਨ ਸੀ ਜਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਰਿਹਾ, ਕੋਈ ਵਿਰੋਧੀ ਵੀ ਉਹਨਾਂ ਦੇ ਉੱਪਰ ਕੋਈ ਉਂਗਲ ਨਹੀਂ ਚੁੱਕ ਸਕਦਾ। ਬੇਸ਼ੱਕ ਸਿਮਰਨ ਦੇ ਨਾਲ ਜੁੜੇ ਰਹਿਣ ਕਰਕੇ ਉਹ ਬਿਲਕੁਲ ਧਾਰਮਿਕ ਸ਼ਖਸੀਅਤ ਜਾਂ ਧਾਰਮਿਕ ਬਿਰਤੀ ਦੇ ਮਾਲਕ ਲੱਗਦੇ ਸਨ, ਪਰ ਜਦੋਂ ਸੰਘਰਸ਼ ਨਾਲ ਜੁੜੇ ਸਿੰਘਾਂ ਦੀ ਪੈਰਵਾਈ ਕਰਦੇ ਜਾਂ ਫਿਰ ਜਿਹੜਾ ਸਿੱਖ ਸੰਘਰਸ਼ ਸੀ ਆਜ਼ਾਦੀ ਦੇ ਵਾਸਤੇ ਉਹਦਾ ਹਥਿਆਰਬੰਦ ਜਿਹੜਾ ਭਾਗ ਹੈ ਜਾਂ ਜਿਹੜਾ ਸਾਡਾ ਨੌਜਵਾਨ ਵਰਗ ਹਥਿਆਰਬੰਦ ਜੰਗ ਲੜ ਰਿਹਾ ਸੀ, ਜਿਸ ਤਰ੍ਹਾਂ ਦੇ ਨਾਲ ਖੁੱਲ੍ਹ ਕੇ ਉਹ ਉਹਨਾਂ ਦੀ ਹਮਾਇਤ ਕਰਦੇ ਜਾਂ ਫਿਰ ਕਿਤੇ ਨੌਜਵਾਨਾਂ ਨੂੰ ਨਜਾਇਜ਼ ਤੌਰ 'ਤੇ ਪੁਲਿਸ ਦੇ ਵੱਲੋਂ ਤੰਗ ਕੀਤਾ ਜਾਂਦਾ ਜਾਂ ਫਿਰ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ, ਅਤੇ ਜਿਸ ਤਰ੍ਹਾਂ ਦੇ ਨਾਲ ਸਰਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਨੇ ਉਹਨਾਂ ਦੀ ਪੈਰਵਾਈ ਕੀਤੀ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਪਿੱਛੇ ਉਹਨਾਂ ਨੇ ਆਪਣਾ ਕਹਿ ਸਕਦੇ ਹੋ ਕਿ ਹੱਥ ਰੱਖਿਆ, ਇਹਦੇ ਤੋਂ ਇੱਕ ਉਹ ਇਸ ਸੰਘਰਸ਼ ਦੇ ਵਿੱਚ ਸਿਪਾਹੀ ਦੀ ਜਿਹੜੀ ਭੂਮਿਕਾ ਉਹ ਵੀ ਨਿਭਾ ਰਹੇ ਸਨ। 26 ਜਨਵਰੀ 1986 ਨੂੰ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਧਾਰਮਿਕ ਅਹੁਦਿਆਂ ਦੀਆਂ ਨਿਯੁਕਤੀਆਂ ਨੇ ਉਹ ਤਕਰੀਬਨ ਜਿਹੜੀਆਂ ਨੇ ਉਹ ਰੱਦ ਕਰਕੇ ਨਵੇਂ 5 ਸਿੰਘ ਸਾਹਿਬਾਨ ਔਰ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ ਦੀ ਚੋਣ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਉਹ ਅਹੁਦੇ ਜਿਹੜੇ ਨੇ ਉਹ ਮੁੜ ਬਹਾਲ ਕੀਤੇ ਜਾਂਦੇ ਨੇ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ। ਸੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ ਵੱਲੋਂ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਤਬਦੀਲੀਆਂ ਨਾ ਹੋਈਆਂ, ਪਰ ਬਹੁਤ ਸਾਰੇ ਕਹਿ ਸਕਦੇ ਹੋ ਕਿ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਗੁਪਤ ਜਿਹੇ ਵਿਰੋਧ ਦੇ ਬਾਵਜੂਦ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾਂ ਦੀ ਜਿਹੜੀ ਨਿਯੁਕਤੀ ਹੈ ਉਸ ਦੀ ਵਿਰੋਧ ਤਾਂ ਕਿਸੇ ਨੇ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਆਪਣਾ ਅਕਸ ਹੀ ਇਸ ਤਰ੍ਹਾਂ ਸਾਫ਼ ਅਤੇ ਪਾਕ ਪਵਿੱਤਰ ਸੀ ਕਿ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦੋਸ਼ ਜਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਲਗਾਇਆ ਹੀ ਨਹੀਂ ਸੀ ਜਾ ਸਕਦਾ। ਸਿੱਖ ਸੰਘਰਸ਼ ਦਾ ਹਥਿਆਰਬੰਦ ਦੌਰ ਆਰੰਭ ਹੁੰਦਾ ਹੈ, ਪੁਲਿਸ ਦੇ ਵੱਲੋਂ ਨਜਾਇਜ਼ ਤੌਰ ਦੇ ਉੱਪਰ ਨੌਜਵਾਨਾਂ ਦੀ ਫੜੋ ਫੜੀ ਔਰ ਜਿਸ ਤਰ੍ਹਾਂ ਦੇ ਨਾਲ ਝੂਠੇ ਮੁਕਾਬਲਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਵੱਖ ਵੱਖ ਥਾਵਾਂ ਦੇ ਉੱਪਰ ਸ਼ਹੀਦ ਕੀਤਾ ਗਿਆ ਜਾਂ ਫਿਰ ਵੱਖ ਵੱਖ ਥਾਵਾਂ ਦੇ ਉੱਪਰ ਜਿਹੜਾ ਸੀ ਉਹ ਲਵਾਰਸ ਕਹਿ ਕੇ ਲਾਸ਼ਾਂ ਜਿਹੜੀਆਂ ਸੀ ਉਹਨਾਂ ਨੂੰ ਸਾੜ ਦਿੱਤਾ ਗਿਆ, ਅਤੇ ਜਥੇਦਾਰ ਕੌਂਕੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਉਹ ਭੂਮਿਕਾ ਨਿਭਾ ਰਹੇ ਸਨ ਜਿਹੜੀ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਹੈ। ਜਥੇਦਾਰ ਕੌਂਕੇ ਨੇ ਪੂਰੀ ਤਨਦੇਹੀ ਦੇ ਨਾਲ ਉਹਨਾਂ ਨੌਜਵਾਨਾਂ ਦੀ ਪੈਰਵਾਈ ਕੀਤੀ ਔਰ ਜਥੇਦਾਰ ਹੋਣ ਦਾ ਫਰਜ਼ ਨਿਭਾਇਆ
ਜਿਹੜੇ ਨੌਜਵਾਨ ਪੁਲਿਸ ਦੇ ਵੱਲੋਂ ਥਾਣਿਆਂ ਦੇ ਵਿੱਚ ਨਜਾਇਜ਼ ਰੱਖੇ ਜਾਂਦੇ ਸਨ, ਤੰਗ ਕੀਤੇ ਜਾਂਦੇ ਸਨ, ਔਰ ਉਹਨਾਂ ਦਾ ਆਪਣਾ ਰੁਤਬਾ ਧਾਰਮਿਕ ਤੌਰ 'ਤੇ ਇੰਨਾ ਬੁਲੰਦ ਸੀ ਕਿ ਜਦੋਂ ਉਹ ਕਿਸੇ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਪੁਲਿਸ ਕਾਰਵਾਈ ਦੇ ਖਿਲਾਫ ਆਪਣਾ ਰੋਹ ਜਾਂ ਰੋਸ ਪ੍ਰਦਰਸ਼ਨ ਕਰਦੇ ਸਨ, ਤਾਂ ਸਿੱਖ ਸੰਗਤ ਦੇ ਵੱਲੋਂ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਸੀ, ਕਿਉਂਕਿ ਸਿੱਖ ਸੰਗਤ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਅਕਸੀ ਉਹ ਬਹੁਤ ਬੇਦਾਗ ਸੀ। ਔਰ ਮੈਂ ਆਰੰਭ ਦੇ ਵਿੱਚ ਵੀ ਕਿਹਾ ਸੀ ਕਿ ਕਿਸੇ ਵੀ ਧੜੇ ਦਾ ਕੋਈ ਵਿਅਕਤੀ ਹੋਵੇ, ਚਾਹੇ ਉਹ ਸਿੱਖ ਸੰਘਰਸ਼ ਦੇ ਨਾਲ ਸਹਿਮਤ ਹੋਵੇ ਜਾਂ ਅਸਹਿਮਤ ਹੋਵੇ, ਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜੀਵਨ ਦੇ ਉੱਪਰ ਕੋਈ ਵੀ ਦਾਗ ਨਹੀਂ ਹੈ ਜਾਂ ਉਹਨਾਂ ਦੇ ਉੱਪਰ ਉਂਗਲ ਨਹੀਂ ਚੁੱਕੀ ਜਾ ਸਕਦੀ। ਔਰ ਜਿਹੜੇ ਸੰਘਰਸ਼ ਦੇ ਨਾਲ ਜੁੜੇ ਹੋਏ ਨੌਜਵਾਨ ਆਗੂ ਸੀ, ਉਹ ਵੀ ਕਈ ਵਾਰੀ ਉਹਨਾਂ ਨੂੰ ਆਪਣਾ ਇੱਕ ਧਾਰਮਿਕ ਆਗੂ ਦੇ ਤੌਰ 'ਤੇ ਸਵੀਕਾਰ ਕਰਦੇ ਸੀਗੇ, ਉਹਨਾਂ ਨੂੰ ਅਕਸਰ ਮਿਲਦੇ ਸੀ ਅਤੇ ਸਿੱਖ ਸੰਘਰਸ਼ ਦੀਆਂ ਜਿਹੜੀਆਂ ਬਾਤਾਂ ਉਹ ਵੀ ਪੈਂਦੀਆਂ ਸੀ ਅਤੇ ਸਿੱਖ ਸੰਘਰਸ਼ ਦੇ ਨਾਲ ਜਿਹੜੀ ਨੀਤੀ ਸੀ ਉਹਦੇ ਬਾਰੇ ਵੀ ਉਹ ਅਕਸਰ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਸੀ। ਮੈਂ ਖੈਰ ਉਦੋਂ ਪਲੱਸ ਟੂ ਦਾ ਵਿਦਿਆਰਥੀ ਸੀ ਅਤੇ ਆਪਣੇ ਕਾਲਜ ਦੇ ਇੱਕ ਸੀਨੀਅਰ ਵੀਰ ਦੇ ਨਾਲ ਉਹਨਾਂ ਨੂੰ ਪਿੰਡ ਜਾ ਕੇ ਪਹਿਲੀ ਵਾਰੀ ਤੱਕਣ ਦਾ ਇਹਨਾਂ ਅੱਖਾਂ ਦੇ ਨਾਲ ਮੌਕਾ ਮਿਲਿਆ ਸੀ। ਕਿਹੜੀ ਗੱਲਬਾਤ ਹੋਈ ਉਹ ਸ਼ਾਇਦ ਮੇਰੇ ਪੱਧਰ ਤੋਂ ਬਹੁਤ ਉਚੇਰੀ ਸੀ, ਮੈਨੂੰ ਨਹੀਂ ਪਤਾ ਕਿ ਉਹ ਕਿਸ ਪੱਧਰ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋ ਰਹੀਆਂ ਸੀ। ਮੈਂ ਤਾਂ ਇੱਕ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਸੀ। ਉਸ ਤੋਂ ਬਾਅਦ ਇਹ ਜਿਹੜਾ ਵੀਰ ਸੀ ਜਿਹੜਾ ਮੇਰੇ ਨਾਲ ਗਿਆ ਸੀਗਾ, ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਠਵਾਲ ਦੇ ਕੋਲ ਜਿਹੜਾ ਸੀਗਾ ਗੋਬਿੰਦ ਰਾਮ ਦੇ ਵੱਲੋਂ ਗ੍ਰਿਫਤਾਰ ਕਰਕੇ ਅਤੇ ਫਿਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਖੈਰ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਇਹਨਾਂ ਅੱਖਾਂ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਜਿਹੜਾ ਉਹ ਤੱਕਿਆ ਜ਼ਰੂਰ ਹੈ, ਉਹਨਾਂ ਦੇ ਕੋਲ ਜ਼ਰੂਰ ਬੈਠਾ ਹੈ, ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੇ ਦੁੱਧ ਛਕਾਇਆ ਸੀ, ਉਹ ਵੀ ਮੈਨੂੰ ਯਾਦ ਹੈ। ਪਰ ਜਿਹੜੀ ਗੱਲਬਾਤ ਹੋਈ ਉਸ ਗੱਲਬਾਤ ਦੇ ਬਾਰੇ ਮੈਨੂੰ ਕੋਈ ਬਹੁਤਾ ਇਲਮ ਨਹੀਂ ਹੈ, ਕਿਉਂਕਿ ਮੇਰਾ ਜਿਹੜਾ ਪੱਧਰ ਸੀ ਉਸ ਵੇਲੇ ਬਹੁਤ ਨੀਵਾਂ ਸੀ। ਪਰ ਇੰਨਾ ਪਤਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਅਤੇ ਇੱਜ਼ਤ ਦਿੰਦੇ ਸੀ ਅਤੇ ਆਪਣੇ ਘਰ ਦੇ ਵਿੱਚ ਆਏ ਹੋਏ ਕਿਸੇ ਵੀ ਵਿਅਕਤੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਉਹ ਮਿਲਦੇ ਸੀ। ਸੋ 26 ਜਨਵਰੀ ਦੇ ਸਰਬੱਤ ਖਾਲਸੇ ਤੋਂ ਬਾਅਦ 29 ਅਪ੍ਰੈਲ 1986 ਨੂੰ ਬਰਨਾਲਾ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜੀ ਗਈ, ਔਰ ਪੁਲਿਸ ਦੇ ਨਾਲ ਇਸ ਸਾਰੇ ਵਰਤਾਰੇ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਦਾ ਬੇਟਾ ਗਗਨਦੀਪ ਸਿੰਘ ਵੀ ਸ਼ਾਮਲ ਸੀ। ਗੋਲੀਆਂ ਚਲਾਈਆਂ ਗਈਆਂ, ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਨੇੜੇ ਦੀਆਂ ਜਿਹੜੀਆਂ ਇਮਾਰਤਾਂ ਸੀ ਉਹਨਾਂ ਦੇ ਉੱਪਰ ਗੋਲੀਆਂ ਲੱਗੀਆਂ, ਗੋਲੀਆਂ ਦੇ ਨਿਸ਼ਾਨ ਜਿਹੜੇ ਸੀਗੇ ਉਹ ਸਾਰੀ ਸੰਗਤ ਨੇ ਵੇਖੇ ਨੇ। ਬਹੁਤ ਸਾਰੇ ਸਿੰਘ ਜਿਹੜੇ ਜੁਝਾਰੂ ਕਾਰਵਾਈਆਂ ਦੇ ਵਿੱਚ ਸ਼ਾਮਲ ਸਨ ਉਹ ਤਾਂ ਸਾਰੇ ਤਕਰੀਬਨ ਨਿਕਲ ਗਏ, ਔਰ ਜਥੇਦਾਰ ਸਾਹਿਬ ਨੂੰ ਵੀ ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਪੁਲਿਸ ਜਿਹੜੀ ਆ ਗ੍ਰਿਫਤਾਰ ਕਰ ਸਕਦੀ ਹੈ ਅਤੇ ਤੁਹਾਨੂੰ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਬਾਕੀ ਸਿੰਘਾਂ ਦੇ ਨਾਲ ਨਿਕਲ ਜਾਣਾ ਚਾਹੀਦਾ। ਪਰ ਜਥੇਦਾਰ ਸਾਹਿਬ ਨੇ ਇਹ ਆਪਣਾ ਕਹਿ ਸਕਦੇ ਹੋ ਕਿ ਨਿਸ਼ਚਾ ਜ਼ਾਹਰ ਕਰ ਦਿੱਤਾ ਕਿ ਜਦੋਂ ਮੈਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਇਹ ਜਥੇਦਾਰ ਦਾ ਫਰਜ਼ ਹੀ ਨਹੀਂ ਬਣਦਾ ਕਿ ਉਹ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਚਲਾ ਜਾਵੇ। ਸੋ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਵੱਖ ਵੱਖ ਜੇਲ੍ਹਾਂ ਦੇ ਵਿੱਚ, ਥਾਣਿਆਂ ਦੇ ਵਿੱਚ। ਉਸ ਸਮੇਂ ਵੀ ਉਹਨਾਂ ਦੇ ਉੱਪਰ 2 ਸਾਲ ਦੇ ਕਰੀਬ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। 2 ਸਾਲ ਤੋਂ ਬਾਅਦ ਜਦੋਂ ਉਹ ਵਾਪਸ ਘਰ ਆਏ ਤਾਂ ਤਕਰੀਬਨ ਕੁਛ ਦਿਨਾਂ ਬਾਅਦ ਹੀ RSS ਦੀ ਸ਼ਾਖਾ ਦੇ ਉੱਪਰ ਇੱਕ ਹਮਲਾ ਹੋਇਆ ਸੀ, ਗੋਲੀਬਾਰੀ ਹੋਈ ਸੀਗੀ, ਅਤੇ ਉਸ ਤੋਂ ਬਾਅਦ ਲੁਧਿਆਣੇ ਦੇ SSP ਸਮੇਤ ਸੈਣੀ ਨੇ 1999 ਦੇ ਵਿੱਚ ਹੀ ਫਿਰ ਇਹਨਾਂ ਨੂੰ ਚੁੱਕ ਲਿਆ। ਔਰ ਉਸ ਸਮੇਂ ਦੇ ਜਿਹੜੇ ਤਸ਼ੱਦਦ ਦੇ ਗਵਾਹ ਨੇ ਉਹ ਦੱਸਦੇ ਨੇ ਕਿ ਪੁੱਠੇ ਲਟਕਾ ਕੇ ਅਨੇਕਾਂ ਦਿਨ ਇਹਨਾਂ ਦੇ ਉੱਪਰ ਘੋਰ ਤਸ਼ੱਦਦ ਜਿਹੜਾ ਸੀ ਉਹ ਕੀਤਾ ਗਿਆ। ਪਰ ਗੁਨਾਹ ਕੀ ਸੀ? ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਜੇਕਰ ਸਿੱਖ ਧਰਮ ਦੇ ਵਿੱਚ ਅਹੁਦਾ ਵੇਖਿਆ ਜਾਵੇ ਤਾਂ ਸਭ ਤੋਂ ਉੱਚਾ ਉਹ ਸਿੱਖਾਂ ਦੀ ਜਿਹੜੀ ਸੁਪਰੀਮ ਟੈਂਪੋਰਲ ਅਥਾਰਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ। ਦੂਸਰੀ ਗੱਲ ਕਿ ਧਾਰਮਿਕ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਸੰਗਤ ਦੇ ਵਿੱਚ ਬੁਲੰਦ ਰੁਤਬਾ। ਤੀਸਰੀ ਗੱਲ ਕਿ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਹੈ ਕਿ ਚਾਹੇ ਵਿਰੋਧੀ ਵੀ ਹੋਣ ਉਹਨਾਂ ਦੇ, ਉਹਨਾਂ ਦੀ ਜ਼ਿੰਦਗੀ ਦੇ ਉੱਪਰ ਕੋਈ ਦਾਗ ਨਹੀਂ। ਉਹਨਾਂ ਦਾ ਗੁਨਾਹ ਕੇਵਲ ਇੰਨਾ ਹੈ
ਕਿ ਉਹ ਪੁਲਿਸ ਦੇ ਵੱਲੋਂ ਨਜਾਇਜ਼ ਫੜੇ ਜਾਂਦੇ ਨੌਜਵਾਨਾਂ ਦੀ ਪੈਰਵਾਈ ਕਰਦੇ ਸਨ ਅਤੇ ਸਿੱਖ ਸੰਘਰਸ਼ਸ਼ੀਲ ਜਿਹੜੇ ਨੌਜਵਾਨ ਨੇ ਉਹ ਉਹਨਾਂ ਨੂੰ ਆਪਣੇ ਆਗੂ ਵਾਂਗ ਜਿਹੜਾ ਸੀਗਾ ਸਵੀਕਾਰ ਕਰਦੇ ਸੀ, ਉਹਨਾਂ ਨਾਲ ਮੇਲ ਮਿਲਾਪ ਵੀ ਰੱਖ ਸਕਦੀ ਅਤੇ ਉਹਨਾਂ ਕੋਲੋਂ ਹਰ ਤਰ੍ਹਾਂ ਦੀ ਸਲਾਹ ਵੀ ਲੈਂਦੇ ਸੀ। ਕੇਵਲ ਇਹ ਗੁਨਾਹ ਸੀ, ਬਾਕੀ ਜਥੇਦਾਰ ਗੁਰਦੇਵ ਸਿੰਘ ਆਪ ਸ਼ਸਤਰਧਾਰੀ ਹੋ ਕੇ ਉਸ ਸੰਘਰਸ਼ ਦੇ ਵਿੱਚ ਨਹੀਂ ਆਏ, ਪਰ ਸੰਘਰਸ਼ਸ਼ੀਲ ਸਿੰਘਾਂ ਦੇ ਨਾਲ ਇੱਕ ਧਿਰ ਬਣ ਕੇ ਉਹ ਜ਼ਰੂਰ ਖੜ੍ਹੇ ਹੋਏ। ਸੋ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਉਹਦਾ ਕਾਰਨ ਸੀ ਕਿ 1999 ਦੇ ਵਿੱਚ ਹੀ ਬਿਦਰ ਕਾਂਡ ਵਾਪਰ ਗਿਆ, ਬਿਦਰ ਇੰਜੀਨੀਅਰਿੰਗ ਕਾਂਡ। ਉਹ ਵਰਤਾਰਾ ਜਦੋਂ ਬਿਦਰ ਦੇ ਇਲਾਕੇ ਦੇ ਦੱਖਣੀ ਭਾਰਤ ਦੇ ਕੁਛ ਗੈਰ ਸਿੱਖ ਵਿਦਿਆਰਥੀਆਂ ਦੇ ਵੱਲੋਂ ਉੱਥੇ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਦੇ ਉੱਪਰ ਬਾਜ਼ਾਰ ਦੇ ਵਿੱਚ ਹਮਲਾ ਕੀਤਾ। ਇਸ ਹਮਲੇ ਦੇ ਵਿੱਚ ਕੁਝ ਸਿੱਖ ਨੌਜਵਾਨ ਜਿਹੜੇ ਸੀਗੇ ਉਹਨਾਂ ਦੀਆਂ ਜਾਨਾਂ ਵੀ ਗਈਆਂ। ਆ ਜਾ ਕੇ ਇਹ ਜਿਹੜੀ ਲੜਾਈ ਬੇਸ਼ੱਕ ਕਾਲਜ ਦੇ ਨੌਜਵਾਨਾਂ ਦੀ ਸੀ, ਪਰ ਉੱਥੋਂ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਸਿੱਖ ਅਤੇ ਗੈਰ ਸਿੱਖ ਦੀ ਰੰਗਤ ਦੇ ਦਿੱਤੀ ਗਈ। ਪ੍ਰਬੰਧਕਾਂ ਦਾ ਰੋਲ ਜਿਹੜਾ ਬਹੁਤ ਹੀ ਨਕਾਰਾਤਮਕ ਰਿਹਾ। ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਦਰ ਅਤੇ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਪ੍ਰੈਜੀਡੈਂਟ ਸੀ ਜੋਗਾ ਸਿੰਘ, ਉਸ ਦੀ ਭੂਮਿਕਾ ਜਿਹੜੀ ਸੀ ਬਹੁਤ ਨਕਾਰਾਤਮਕ ਰਹੀ। ਔਰ ਉਸ ਨਕਾਰਾਤਮਕ ਭੂਮਿਕਾ ਦੇ ਦੌਰਾਨ ਹੀ ਫਿਰ ਸਿੰਘਾਂ ਨੇ ਉਸ ਨੂੰ ਸੋਧਿਆ ਅਤੇ ਜਿਹੜੇ ਹੋਰ ਵੀ ਕੁਝ ਲੋਕ ਸੀ ਸਿੱਖ ਨੌਜਵਾਨਾਂ ਦੇ ਕਤਲਾਂ ਦੇ ਵਿੱਚ ਸ਼ਾਮਿਲ, ਉਹਨਾਂ ਦਾ ਵੀ ਸੋਧਾ ਲਗਾਇਆ ਗਿਆ, ਬਦਲਾ ਲਿਆ ਗਿਆ। ਜਿਹੜੇ ਵੀਰਾਂ ਨੇ ਇਸ ਜੋਗਾ ਸਿੰਘ ਦਾ ਸੋਧਾ ਲਾਇਆ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਨ ਅਤੇ ਬਾਅਦ ਦੇ ਵਿੱਚ ਸੰਘਰਸ਼ ਦੀ ਚੱਲਦੀ ਲਹਿਰ ਦੇ ਵਿੱਚ ਉਹ ਵੀ ਸਿੰਘ ਜਿਹੜੇ ਸੀਗੇ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ। ਬਿਦਰ ਕਾਂਡ ਦੇ ਵਿੱਚ ਇਹਨਾਂ ਦੀ ਕੋਈ ਭੂਮਿਕਾ ਨਹੀਂ ਸੀ, ਪਰ ਸਿਰਫ ਇਹ ਸਮਝ ਕੇ ਸਰਕਾਰ ਦੇ ਵੱਲੋਂ ਕਿ ਸ਼ਾਇਦ ਜਿਹੜਾ ਉੱਥੇ ਸਾਰਾ ਵਰਤਾਰਾ ਵਾਪਰਿਆ ਉਹਦੇ ਵਿੱਚ ਇਹਨਾਂ ਦੇ ਕੋਲੋਂ ਸਲਾਹ ਜ਼ਰੂਰ ਜਿਹੜੀ ਆ ਉਹ ਸਿੱਖ ਨੌਜਵਾਨਾਂ ਨੇ ਲਈ ਹੋਵੇਗੀ। ਸੋ ਉਸ ਸਾਜਿਸ਼ ਦਾ ਬਹਾਨਾ ਬਣਾ ਕੇ ਵੀ ਇਹਨਾਂ ਨੂੰ ਫਿਰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। 19 ਮਈ 1991 ਦੇ ਵਿੱਚ ਫਿਰ ਪੁਲਿਸ ਨੇ ਗ੍ਰਿਫਤਾਰ ਕੀਤਾ, ਤਸ਼ੱਦਦ ਕੀਤਾ, ਫਿਰ 1.5 ਸਾਲ ਇਹਨਾਂ ਦਾ ਜੇਲ੍ਹ ਦੇ ਵਿੱਚ ਬੀਤ ਗਿਆ। ਅਤੇ 1992 ਦਾ ਸਾਰਾ ਸਾਲ, ਬੇਸ਼ੱਕ ਕਿ 25 ਦਸੰਬਰ 1992 ਨੂੰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਤਾਂ ਘਰ ਆਏ ਨਹੀਂ, ਸ਼ਹਾਦਤ ਹੋ ਗਈ, ਪਰ 1992 ਦਾ ਜੇਕਰ ਸਾਰਾ ਸਾਲ ਤੁਸੀਂ ਵੇਖੋ ਤਾਂ ਉਹਨਾਂ ਦਾ ਸਾਰਾ ਸਾਲ ਥਾਣਿਆਂ ਦੇ ਵਿੱਚ, ਘਰ ਦੇ ਵਿੱਚ, ਥਾਣਿਆਂ ਦੇ ਵਿੱਚ, ਘਰ ਦੇ ਵਿੱਚ ਇਵੇਂ ਬੀਤਦਾ ਹੈ ਕਿ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਥਾਣੇ ਦੇ, ਫਿਰ ਕੁਛ ਦਿਨਾਂ ਬਾਅਦ ਤਸ਼ੱਦਦ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ, ਫਿਰ ਲਿਜਾਇਆ ਜਾਂਦਾ ਹੈ, ਫਿਰ ਛੱਡ ਦਿੱਤਾ ਜਾਂਦਾ ਹੈ। ਸੋ 1992 ਦੇ ਵਿੱਚ ਤਾਂ ਇੰਝ ਲੱਗਦਾ ਹੈ ਕਿ ਅਣਗਿਣਤ ਜਿਹੜੀਆਂ ਉਹ ਥਾਣਿਆਂ ਦੀਆਂ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਨਜਾਇਜ਼ ਪੇਸ਼ੀਆਂ ਜਿਹੜੀਆਂ ਨੇ ਉਹੀ ਚੱਲਦੀਆਂ ਰਹੀਆਂ। ਹੁਣ ਜਿਹੜੇ ਹਥਿਆਰਬੰਦ ਸਿੱਖ ਸੰਘਰਸ਼ ਦੇ ਜਿਹੜੇ ਕਹਿ ਸਕਦੇ ਹੋ ਕਿ ਹਮਾਇਤੀ ਵੀਰ ਨੇ, ਉਹਨਾਂ ਦੀ ਪੈਰਵਾਈ ਕਰਨੀ ਹੀ ਇਹਨਾਂ ਦਾ ਸਭ ਤੋਂ ਵੱਡਾ ਗੁਨਾਹ ਸੀ। 1992 ਦੇ ਅਖੀਰ ਦੇ ਵਿੱਚ 25 ਦਸੰਬਰ ਨੂੰ ਸਾਰੇ ਪਿੰਡ ਦੇ ਸਾਹਮਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ। ਇੱਕ ਹਫ਼ਤਾ ਲਗਾਤਾਰ ਇਹਨਾਂ ਦੇ ਉੱਪਰ ਉਹ ਤਸ਼ੱਦਦ ਹੁੰਦਾ ਰਿਹਾ ਜਿਸ ਨੂੰ ਨਾ ਤਾਂ ਸ਼ਬਦਾਂ ਦੇ ਵਿੱਚ ਲਿਖਿਆ ਜਾ ਸਕਦਾ ਅਤੇ ਨਾ ਬਿਆਨ ਕੀਤਾ ਜਾ ਸਕਦਾ। ਜਿਹੜੇ ਚਸ਼ਮਦੀਦ ਗਵਾਹ ਨੇ ਉਹ ਦੱਸਦੇ ਨੇ ਕਿ ਸਵਰਨ ਘੋਟਨੇ ਨੇ ਇਹਨਾਂ ਨੂੰ ਜੀਪ ਦੇ ਨਾਲ ਟੱਕਰਾਂ ਮਾਰੀਆਂ, ਇਹਨਾਂ ਦੀਆਂ ਲੱਤਾਂ ਨੂੰ ਦਰੜਿਆ। ਕੁਛ ਚਸ਼ਮਦੀਦ ਗਵਾਹ ਇਹ ਵੀ ਦੱਸਦੇ ਨੇ ਕਿ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਇਹਨਾਂ ਦੀ ਜਿਹੜੀ ਇੱਕ ਅੱਖ ਸੀ ਉਹ ਵੀ ਨਿਕਲ ਗਈ। ਬੇਤਹਾਸ਼ਾ ਤਸ਼ੱਦਦ। ਔਰ ਇਹ ਜਿਹੜੀ ਕਹਿ ਸਕਦੇ ਹੋ ਕਿ ਤਸ਼ੱਦਦ ਤੋਂ ਬਾਅਦ ਲਗਾਤਾਰ ਜਿਹੜੀ ਸ਼ਹਾਦਤ ਦੀ ਕਹਾਣੀ ਘੜੀ ਗਈ ਉਹ ਵੀ ਬੜੀ ਵੱਖਰੀ ਹੈ। ਇਹ ਕਿਹਾ ਗਿਆ ਕਿ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ, ਪਰ ਜਿਸ ਤਰ੍ਹਾਂ ਦਾ ਤਸ਼ੱਦਦ ਉਹਨਾਂ ਦੇ ਉੱਪਰ ਕੀਤਾ ਗਿਆ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਗਏ ਲਗਾਤਾਰ 8 ਦਿਨ,
ਕਿਉਂਕਿ 1 ਜਨਵਰੀ ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਤਕਰੀਬਨ ਹੋ ਜਾਂਦੀ ਹੈ। ਪਰ 25 ਦਸੰਬਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਥਾਣੇ ਦੇ ਵਿੱਚ ਜਾਂ ਉਹਨਾਂ ਦੇ ਤਸੀਹਾ ਕੇਂਦਰਾਂ ਦੇ ਵਿੱਚ ਜਿਹੜੇ ਹਾਲਾਤ ਸੀ ਉਹਦੇ ਬਾਰੇ ਇੱਕ ਬੀਬੀ ਗੁਰਮੇਲ ਕੌਰ, ਬਜ਼ੁਰਗ ਬੀਬੀ ਹੈ, ਜਿਹੜੀ ਦੱਸਦੀ ਹੈ ਕਿ 27 ਦਸੰਬਰ ਨੂੰ ਜਦੋਂ ਮੈਂ ਥਾਣੇ ਗਈ ਤਾਂ ਜਥੇਦਾਰ ਗੁਰਦੇਵ ਸਿੰਘ ਹੁਣਾਂ ਦੀ ਹਾਲਤ ਬੜੀ ਨਾਜ਼ੁਕ ਸੀ। ਲੱਤਾਂ ਟੁੱਟੀਆਂ ਹੋਈਆਂ ਸੀ, ਨੀਲੀਆਂ ਹੋਈਆਂ ਸੀ, ਸਾਰਾ ਸਰੀਰ ਪਿੰਜਿਆ ਪਿਆ ਸੀ ਅਤੇ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਲਾਸ਼ ਦੇ ਵਾਂਗ ਸੁੱਟੇ ਪਏ ਸਨ। ਇਸੇ ਤਰ੍ਹਾਂ 14 ਮਈ 1988 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਲੁਧਿਆਣਾ ਵਿਖੇ ਕਰਾਇਆ ਗਿਆ ਔਰ ਉਹਦੇ ਵਿੱਚ ਇੱਕ ਸਾਬਕਾ ਸਿਪਾਹੀ, ਉਹ ਸਿਪਾਹੀ ਜਿਹੜਾ ਜਥੇਦਾਰ ਗੁਰਦੇਵ ਸਿੰਘ ਹੁਣਾਂ ਦੇ ਜਿਹੜਾ ਤਸ਼ੱਦਦ ਦੇ ਜਿਹੜੇ ਦਿਨ ਨੇ ਉਹਨਾਂ ਦੇ ਦੌਰਾਨ ਉਸ ਥਾਣੇ ਦੇ ਵਿੱਚ ਸੀ, ਉਸ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਉਸ ਸੈਮੀਨਾਰ ਦੇ ਵਿੱਚ ਬਤੌਰ ਚਸ਼ਮਦੀਦ ਗਵਾਹ ਇਹ ਬਿਆਨ ਕੀਤਾ ਕਿ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਜਿਹੜੇ ਸਾਰੇ ਅੰਗ ਪੈਰ ਸੀ ਉਹ ਤੋੜ ਦਿੱਤੇ ਗਏ, ਲੱਤਾਂ ਤੋੜ ਦਿੱਤੀਆਂ ਗਈਆਂ। ਜਿਹੜੇ ਅਸੀਂ ਆਮ ਤਸ਼ੱਦਦ ਦੀ ਕਹਿ ਸਕਦੇ ਹੋ ਕਿ ਵਰਤਾਰੇ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਦੇ ਕੋਲੋਂ ਸੁਣਦੇ ਹਾਂ ਕਿ ਪੱਟ ਚੀਰ ਦਿੱਤੇ ਗਏ ਜਾਂ ਫਿਰ ਕਹਿ ਸਕਦੇ ਹੋ ਕਿ ਚੱਡੇ ਪਾੜ ਦਿੱਤੇ ਗਏ, ਪੁੱਠਾ ਲਮਕਾ ਕੇ ਰੱਖਿਆ ਗਿਆ, ਸੌਣ ਨਾ ਦਿੱਤਾ ਗਿਆ, ਅੱਖ ਕੱਢ ਦਿੱਤੀ ਗਈ। ਇਹ ਸਾਰਾ ਤਸ਼ੱਦਦ ਜਿਹੜਾ ਸੀਗਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਉੱਪਰ ਕੀਤਾ ਗਿਆ। ਇੱਕ ਹੋਰ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਸਵਰਨ ਘੋਟਨੇ ਦੇ ਬਾਰੇ ਦੱਸਦਾ ਹੈ ਕਿ ਉਹਨਾਂ ਦੀ ਛਾਤੀ ਦੇ ਵਿੱਚ ਵੀ ਗੋਲੀ ਜਿਹੜੀ ਸੀ ਉਹ ਮਾਰੀ ਗਈ। ਉਹ ਸ਼ਾਇਦ ਉਹ ਦਿਨ ਹੋਵੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਇੰਨੇ ਤਸ਼ੱਦਦ ਤੋਂ ਬਾਅਦ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਅਖੀਰ ਸ਼ਹਾਦਤ ਦਾ ਜਾਮ ਹੀ ਪਿਆਉਣਾ ਹੈ ਅਤੇ ਉਸ ਵੇਲੇ ਫਿਰ ਸਵਰਨ ਘੋਟਨੇ ਨੇ ਗੋਲੀ ਮਾਰੀ। ਇੱਕ ਗਵਾਹ ਨੇ ਤਾਂ ਇੱਥੋਂ ਤੱਕ ਵੀ ਇੱਕ ਛੋਟੇ ਜਿਹੇ ਬਿਆਨ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਬਹੁਤ ਹੀ ਮਸ਼ਹੂਰ ਤਸ਼ੱਦਦ ਕਰਨ ਵਾਲਾ ਉਹ ਪੁਲਿਸ ਅਫਸਰ ਅਜੀਤ ਸੰਧੂ, ਜਿਸ ਨੂੰ ਇੱਕ ਬਦਨਾਮ ਪੁਲਿਸ ਅਫਸਰ ਦੇ ਤੌਰ 'ਤੇ ਜਾਣਿਆ ਜਾਂਦਾ, ਜਿਸ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਅਤੇ ਹੋਰ ਵੀ ਬਹੁਤ ਸਾਰੇ ਐਸੇ ਕੇਸਾਂ ਦੇ ਵਿੱਚ ਜਿੱਥੇ ਨਜਾਇਜ਼ ਨੌਜਵਾਨਾਂ ਨੂੰ ਜਿਹੜਾ ਸੀ ਬਿਨਾਂ ਕਿਸੇ ਕਾਰਨ ਦੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ। ਅਜੀਤ ਸੰਧੂ ਨੇ ਵੀ ਜਥੇਦਾਰ ਗੁਰਦੇਵ ਸਿੰਘ ਹੁਣਾਂ ਦੇ ਉੱਪਰ ਆ ਕੇ ਬਹੁਤ ਸਾਰਾ ਤਸ਼ੱਦਦ ਕੀਤਾ। ਖੈਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਸਕਦੇ ਹਾਂ ਕਿ ਬੇਸ਼ੱਕ ਸਰਬੱਤ ਖਾਲਸਾ ਦੇ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਸੀ, ਪਰ ਸਮੁੱਚੀ ਕੌਮ ਦੇ ਵਿੱਚ ਉਹਨਾਂ ਨੂੰ ਪ੍ਰਵਾਨਗੀ ਮਿਲੀ। ਕੌਮ ਦੇ ਹਰ ਵਰਗ ਨੇ ਉਹਨਾਂ ਨੂੰ ਬਤੌਰ ਜਥੇਦਾਰ ਪ੍ਰਵਾਨ ਕੀਤਾ। ਜੀਵਨ ਐਸਾ ਸੀ ਕਿ ਬਹੁਤ ਹੀ ਜ਼ਿਆਦਾ ਗੁਰਬਾਣੀ ਦੇ ਰਸੀਏ ਸਨ। ਔਰ ਮੈਂ ਜਿਹੜੀ ਗੱਲ ਬਾਰ ਬਾਰ ਇਸ ਕਰਕੇ ਦੁਹਰਾ ਰਿਹਾ ਕਿ ਅਕਾਲੀ ਫੂਲਾ ਸਿੰਘ ਦੇ ਵਾਰਸ ਉਹਨਾਂ ਨੂੰ ਗਿਣਿਆ ਜਾ ਸਕਦਾ ਅੱਜ ਦੇ ਸਮੇਂ ਦੇ ਵਿੱਚ ਕਿ ਉਹਨਾਂ ਦੇ ਜੀਵਨ ਦੇ ਉੱਪਰ ਕੋਈ ਵੀ ਦਾਗ ਨਹੀਂ ਸੀ। ਉਹਨਾਂ ਦੀ ਜਿਹੜੀ ਇਹ ਪੁਲਿਸ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਘੜੀ ਗਈ ਝੂਠੀ ਕਹਾਣੀ ਕਿ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ, ਇਹਦੇ ਬਾਰੇ ਜਦੋਂ ਸਰਕਾਰ ਦੇ ਉੱਪਰ ਦਬਾਅ ਬਣਿਆ ਕਿ ਜਾਂਚ ਕਰਵਾਈ ਜਾਏ ਸਾਰਾ ਘਟਨਾਕ੍ਰਮ ਵਾਪਰਿਆ ਕਿਵੇਂ ਹੈ, ਤਾਂ ਉਸ ਵੇਲੇ ਅਕਾਲੀ ਸਰਕਾਰ ਦੇ ਵੱਲੋਂ ਤਕਰੀਬਨ 3 ਦਹਾਕੇ ਬੀਤ ਗਏ ਨੇ ਇਸ ਰਿਪੋਰਟ ਦੇ ਬਾਰੇ ਵੀ। ਮੈਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਉਸ ਵੇਲੇ ਅਕਾਲੀ ਸਰਕਾਰ ਦੇ ਵੱਲੋਂ ਇੱਕ ਜਾਂਚ ਕਮਿਸ਼ਨ ਜਿਹੜਾ ਸੀ ਉਹ ਕਾਇਮ ਕੀਤਾ ਗਿਆ, ਜਿਹੜਾ ਅਡੀਸ਼ਨਲ DGP BP ਤਿਵਾੜੀ, ਬੜੇ ਇਮਾਨਦਾਰ ਅਫਸਰ ਜਿਹੜੇ ਨੇ ਉਹ ਮੰਨੇ ਜਾਂਦੇ ਸੀ। ਬੇਸ਼ੱਕ ਮੈਂ ਇੱਕ ਗੱਲ ਵੀ ਕਹਿ ਦੇਵਾਂ ਕਿ ਹਰ ਕੌਮ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ। ਬੇਸ਼ੱਕ ਜੇਕਰ ਅਸੀਂ ਸੰਘਰਸ਼ ਦੀ ਗੱਲ ਵੇਖੀਏ ਤਾਂ ਜਿਹੜੇ ਅਫਸਰ ਆਪਣੇ ਆਪ ਦੇ ਵਿੱਚ ਸਾਨੂੰ ਸਿੱਖ ਲੱਗਦੇ ਨੇ ਉਹਨਾਂ ਸਿੱਖ ਨੌਜਵਾਨਾਂ 'ਤੇ ਵੱਧ ਤਸ਼ੱਦਦ ਕੀਤਾ, ਪਰ ਇਹ ਜਿਹੜੇ ਅਡੀਸ਼ਨਲ DGP BP ਤਿਵਾੜੀ, ਇਹਨਾਂ ਨੇ ਜਿਹੜੇ ਇੱਕ ਕਾਬਲ ਅਫਸਰ ਅਤੇ ਇਮਾਨਦਾਰ ਅਫਸਰ ਸੀ
ਜਿਹੜੇ ਹੁਣ ਤੱਕ ਦੇ ਸਰੋਤਾਂ ਤੋਂ ਪਤਾ ਲੱਗਦਾ। ਬਾਕੀ ਮੈਂ ਬਹੁਤੀ ਡੂੰਘਾਈ ਦੇ ਬਾਰੇ ਉਹਨਾਂ ਦੇ ਨਿੱਜੀ ਜੀਵਨ ਦੇ ਬਾਰੇ ਤਾਂ ਕੁਝ ਨਹੀਂ ਜਾਣਦਾ, ਪਰ ਜਿਹੜੀ ਉਹਨਾਂ ਦੀ ਰਿਪੋਰਟ ਹੈ ਔਰ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਕਰਨ ਉਪਰੰਤ ਜਦੋਂ ਇਹ ਰਿਪੋਰਟ ਮੁਕੰਮਲ ਹੋਈ ਸਰਕਾਰ ਨੂੰ ਸੌਂਪ ਦਿੱਤੀ ਗਈ, ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 22 ਫਰਵਰੀ 2000 ਦੇ ਵਿੱਚ ਇਸੇ ਹੀ ਅਡੀਸ਼ਨਲ DGP BP ਤਿਵਾੜੀ ਦਾ ਇੱਕ ਲੇਖ ਚੱਗ ਬਣੀ ਅਖਬਾਰ ਦੇ ਵਿੱਚ ਛਪਿਆ, ਛੋਟਾ ਜਿਹਾ ਬਿਆਨ ਟਾਈਪ ਸੀ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ 'ਤੇ ਇਹ ਦੱਸਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਪੁਲਿਸ ਤਸ਼ੱਦਦ ਦੇ ਦੌਰਾਨ ਹੋਈ ਅਤੇ ਜਿਹੜੇ ਪੁਲਿਸ ਅਫੀਸਰ ਨੇ ਉਹ ਦੋਸ਼ੀ ਨੇ, ਪਰ ਅਕਾਲੀ ਸਰਕਾਰ ਦੇ ਵੱਲੋਂ ਇੰਨਾ ਸਮਾਂ ਹੋ ਗਿਆ, ਤਕਰੀਬਨ 2.5 ਦਹਾਕਿਆਂ ਤੋਂ ਵੱਧ ਸਮਾਂ, ਜਦੋਂ ਤੱਕ ਉਹ ਰਿਪੋਰਟ ਜਿਹੜੀ ਹੈ ਉਹ ਆ ਚੁੱਕੀ ਹੈ, ਨਾ ਤਾਂ ਕਾਰਵਾਈ ਕੀਤੀ ਗਈ ਅਤੇ ਨਾ ਉਸ ਰਿਪੋਰਟ ਨੂੰ ਜਨਤਕ ਕੀਤਾ ਗਿਆ। ਕੁਛ ਵੀਰਾਂ ਦੇ ਕੋਲ ਉਸ ਰਿਪੋਰਟ ਦੇ ਕੁਛ ਅੰਸ਼ ਹੈ ਵੀ ਨੇ, ਪਰ ਨਾ ਕਾਰਵਾਈ ਕਰਨ ਦਾ ਕਾਰਨ ਤੁਸੀਂ ਸਾਰੇ ਸਮਝਦੇ ਹੋ ਕਿ ਜਿਹੜੇ ਉਹ ਪੁਲਿਸ ਅਫਸਰ ਜਿਹੜੇ ਬਦਨਾਮ ਨੇ ਸਿੱਖ ਨੌਜਵਾਨਾਂ ਦੇ ਉੱਪਰ ਤਸ਼ੱਦਦ ਕਰਨ ਦੇ ਵਿੱਚ, ਉਹ ਤਾਂ ਅਕਾਲੀ ਦਲ ਦੇ ਜੁੰਡੀ ਦੇ ਯਾਰ ਰਹੇ, ਜਾਂ ਕਹਿ ਸਕਦੇ ਲੰਗੋਟੀਆ ਯਾਰ ਰਹੇ, ਚਾਹੇ ਉਹ ਸਮੇਧ ਸੈਣੀ ਸੀ ਅਤੇ ਚਾਹੇ ਕਈ ਹੋਰ। ਸੋ ਇਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਬਚਾਉਣ ਦੇ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਦੀ ਜਿਹੜੀ ਜਾਂਚ ਸੀ, ਉਹਦਾ ਕੋਈ ਵੀ ਪੜਾਅ ਜਿਹੜਾ ਸੀ ਉਹ ਅੱਗੇ ਨਾ ਵਧਿਆ। ਵੈਸੇ ਅਕਾਲੀ ਸਰਕਾਰ ਦਾ ਇਹ ਮੁੱਢਲਾ ਫਰਜ਼ ਬਣਦਾ ਸੀ, ਕਿਉਂਕਿ ਅਕਾਲੀ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੀ ਪੰਥਕ ਧਿਰ ਜਿਹੜੀ ਹੈ ਉਹ ਅਖਵਾਉਂਦੀ ਸੀ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਕਹਿ ਸਕਦੇ ਹੋ ਕਿ ਇੱਕ ਖੜਗ ਪੂਜਾ ਦੇ ਤੌਰ ਦੇ ਉੱਪਰ ਅਕਾਲੀ ਦਲ ਨੂੰ ਗਿਣਿਆ ਜਾਂਦਾ ਸੀ, ਔਰ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਕਾਲੀ ਸਰਕਾਰ ਦੇ ਵੱਲੋਂ ਕੀਤੀ ਗਈ ਜਾਂਚ ਨੂੰ ਜਨਤਕ ਨਾ ਕਰਨਾ ਅਤੇ ਜਿਹੜੇ ਦੋਸ਼ੀ ਪੁਲਿਸ ਅਫੀਸਰ ਨੇ ਉਹਨਾਂ ਨੂੰ ਸਜ਼ਾ ਨਾ ਦੇਣਾ, ਇਹਦੇ ਤੋਂ ਸਪਸ਼ਟ ਹੋ ਗਿਆ ਕਿ ਜਿਹੜੇ ਦੋਸ਼ੀ ਪੁਲਿਸ ਅਫੀਸਰ ਸਨ, ਜਿਹੜਿਆਂ ਦੇ ਨਾਲ ਇਹਨਾਂ ਦਾ ਖਾਸ ਚਰਾਨਾ ਸੀ, ਉਹਨਾਂ ਨੂੰ ਬਚਾਉਣਾ ਹੀ ਇਹਨਾਂ ਦਾ ਮੰਤਵ ਸੀ। ਜਦੋਂ ਕਿ ਫਰਜ਼ ਇਹ ਬਣਦਾ ਸੀ ਕਿ ਇਹ ਕੋਈ ਆਮ ਘਟਨਾਕ੍ਰਮ ਨਹੀਂ ਸੀ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੁਲਿਸ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਦੀ ਗੱਲ ਸੀ। ਕਾਂਗਰਸ ਸਰਕਾਰ ਆਈ, ਉਹਦੇ ਤੋਂ ਤਾਂ ਇਸ ਬਾਰੇ ਕੋਈ ਆਸ ਹੀ ਨਹੀਂ ਰੱਖੀ ਜਾ ਸਕਦੀ, ਕਿਉਂਕਿ ਉਹਨਾਂ ਦੇ ਰਾਜਕਾਲ ਦੇ ਵਿੱਚ ਤਾਂ ਇਹ ਸਭ ਕੁਝ ਵਾਪਰਦਾ ਰਿਹਾ। ਪਰ ਹੁਣ ਅਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਜਾਮ ਨਾ, ਪਰ ਜੇ ਕਿਤੇ ਅੱਜ ਵੀ ਆਮ ਆਦਮੀ ਪਾਰਟੀ ਵੀ ਕਿਤੇ ਆਪਣੀ ਮਨੁੱਖੀ ਅਧਿਕਾਰਾਂ ਪ੍ਰਤੀ ਸੁਹਿਰਦਤਾ ਨੂੰ ਨਿਭਾਉਂਦੇ ਹੋਏ ਕਿਤੇ ਉਹ ਜਾਂਚ ਰਿਪੋਰਟ ਜਨਤਕ ਕਰਕੇ ਜਿਹੜੇ ਪੁਲਿਸ ਅਧਿਕਾਰੀ ਉਸ ਸਾਰੇ ਵਰਤਾਰੇ ਦੇ ਵਿੱਚ ਸ਼ਾਮਲ ਨੇ, ਜੇਕਰ ਉਹਨਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ, ਕਿਉਂਕਿ ਇਹ ਕੇਵਲ ਅਤੇ ਕੇਵਲ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਿਸੇ ਆਮ ਘਟਨਾ ਤੱਕ ਸੀਮਿਤ ਵਰਤਾਰਾ ਨਹੀਂ ਹੈ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਜਿਹੜਾ ਸਿੱਖਾਂ ਦਾ ਸਭ ਤੋਂ ਉੱਚ ਅਹੁਦਾ ਹੈ, ਉਸ ਅਹੁਦੇ ਅਤੇ ਰੁਤਬੇ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੂੰ ਇਸ, ਮੈਂ ਕਹਿੰਦਾ ਕਿ ਇੱਕ ਜਿਹਨੂੰ ਅਸੀਂ ਕਹਿੰਦੇ ਪੁੰਨ ਖੱਟਣਾ ਚਾਹੀਦਾ ਹੈ ਕਿ ਉਹ ਜਿਹੜੀ ਜਾਂਚ ਰਿਪੋਰਟ ਹੈ BP ਤਿਵਾੜੀ ਵਾਲੀ ਜਿਹੜੀ ਅਡੀਸ਼ਨਲ DGP ਨੇ ਜਿਹੜੀ ਕੀਤੀ ਸੀ ਉਸ ਨੂੰ ਜਨਤਕ ਕਰਕੇ ਔਰ ਜਿਹੜੇ ਦੋਸ਼ੀ ਅਧਿਕਾਰੀ ਨੇ ਉਹਨਾਂ ਨੂੰ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ, ਤਾਂ ਇੰਝ ਲੱਗੇਗਾ ਕਿ ਸੱਚਮੁੱਚ ਮਨੁੱਖੀ ਅਧਿਕਾਰਾਂ ਦੀ ਬਰਕਰਾਰ ਕਰਨ ਦੇ ਪਾਸੇ ਕਮ ਸੇ ਕਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਦਮ 'ਤੇ ਪੁੱਟਿਆ। ਪਰ ਜੇਕਰ ਇਸੇ ਤਰ੍ਹਾਂ ਦੇ ਨਾਲ ਇਹੀ ਵਰਤਾਰੇ ਵਾਪਰਦੇ ਰਹੇ, ਇੱਕ ਆਮ ਬੰਦੇ ਦੀ ਗੱਲ ਨਹੀਂ ਹੈ, ਇਹ ਕੌਮ ਦੇ ਉਸ ਜਥੇਦਾਰ ਦੀ ਗੱਲ ਹੈ ਜਿਸ ਨੇ ਇਸ ਸਦੀ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਵਾਰਸ ਹੋਣ ਦਾ ਜਿਹੜਾ ਕਹਿ ਸਕਦੇ ਹੋ ਕਿ ਪ੍ਰਗਟਾ ਕੀਤਾ। ਸੋ ਉਸ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਜਿੱਥੇ ਪ੍ਰਣਾਮ ਕਰਦੇ ਹਾਂ, ਉੱਥੇ ਇਹਨਾਂ ਸਰਕਾਰਾਂ ਨੂੰ ਵੀ ਇਸ ਮਾਧਿਅਮ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਕੋਈ ਆਮ ਵਿਅਕਤੀ ਦੀ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਨਹੀਂ ਹੈ। ਵੈਸੇ ਤਾਂ ਸ਼ਹਾਦਤ ਹਰ ਸ਼ਹਾਦਤ ਹੈ, ਤਸ਼ੱਦਦ ਦੇ ਦੌਰਾਨ ਕਿਸੇ ਵੀ ਮਾਂ ਦੇ ਪੁੱਤ ਦੀ ਮੌਤ ਹੋਵੇ
ਉਹਦਾ ਸਾਨੂੰ ਓਨਾ ਹੀ ਦੁੱਖ ਦਰਦ ਅਤੇ ਸੰਤਾਪ ਹੈ। ਪਰ ਜਦੋਂ ਅਹੁਦੇ ਦੀ ਗੱਲ ਆਉਂਦੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਥਾਣੇ ਦੇ ਵਿੱਚ ਇੱਕ ਤਸੀਹਾ ਕੇਂਦਰ ਦੇ ਵਿੱਚ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਜਾਵੇ ਅਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ, ਅਤੇ ਇਹ ਸਾਰੇ ਹੀ ਨਿਜ਼ਾਮ ਦੇ ਉੱਪਰ ਇੱਕ ਕਾਲਾ ਕਲੰਕ ਹੈ। ਇਸ ਨੂੰ ਧੋਣ ਦਾ ਮੌਕਾ ਹੈ ਆਮ ਆਦਮੀ ਪਾਰਟੀ ਦੇ ਕੋਲ, ਜੇਕਰ ਉਸ ਜਾਂਚ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾਵੇ। ਜੇਕਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਦੇ ਇਹਨਾਂ ਵਰਤਾਰਿਆਂ ਤੋਂ ਆਪਣੇ ਕਦਮ ਪਿਛਾਂਹ ਪੁੱਟ ਗਈਆਂ ਨੇ, ਤਾਂ ਆਮ ਆਦਮੀ ਪਾਰਟੀ ਦੇ ਕੋਲ ਮੌਕਾ ਜ਼ਰੂਰ ਹੈ ਕਿ ਉਹ ਇਸ ਇਨਸਾਫ ਦੇ ਵਾਲੇ ਪਾਸੇ ਕਦਮ ਵਧਾਵੇ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।